ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ 2019 ਵਿੱਚ ਹੜ੍ਹ ਆਇਆ ਉਹਨਾਂ ਦੀ ਇੱਕ ਵਾਰੀ ਫਿਰ ਜਿੱਦਾਂ ਵੀ ਅਪਡੇਟ ਦੇਣਾ ਚਾਹੁੰਦੇ ਹਾਂ ਕਿਉਂਕਿ ਕੰਮ ਮੁੜ ਕੇ ਫਿਰ ਸ਼ੁਰੂ ਆ ਅਤੇ ਹੋਰ ਵੀ ਪਲੈਨਿੰਗ ਵੀ ਚੱਲ ਰਹੀ ਆ ਅਤੇ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਰ ਵਾਰੀ ਸੰਗਤ ਨੂੰ ਅਪਡੇਟ ਦੇਣ ਦੀ ਸੋ ਅਮਰਪ੍ਰੀਤ ਸਿੰਘ ਹੁਣੀ ਸਾਨੂੰ ਪਟਿਆਲੇ ਤੋਂ ਜਿਹੜੇ ਭਾਈ ਤੁਹਾਨੂੰ ਪਤਾ ਸਾਰਾ ਕੰਮ ਸੰਭਾਲਿਆ ਸੇਵਾ ਸੰਭਾਲੀ ਇੰਡੀਆ ਦੇ ਵਿੱਚ ਉਹ ਸਾਨੂੰ ਜੁਆਇਨ ਕਰ ਰਹੇ ਆ ਪਰ ਉਹਨੇ ਜੁਆਇਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਈ ਜਦੋਂ ਅਸੀਂ ਤੁਹਾਨੂੰ ਕਿਹਾ ਸੀ ਵੀ 2.5 million ਰਾਉਂਡ ਅਬਾਊਟ ਇੰਨੇ ਕੀ ਸਾਡੇ ਪੌਂਡ ਇਕੱਠੇ ਹੋਏ ਸੀ ਹੜ੍ਹਾਂ ਲਈ ਅਤੇ ਅੱਜ ਸਾਡੇ ਕੋਲ ਜਿਹੜੇ UK ਵਿੱਚ ਆ 5 ਕੁ ਲੱਖ ਤੋਂ ਉੱਪਰ ਪੌਂਡ UK 'ਚ ਰਹਿੰਦੇ ਖਰਚਣ ਦੇ 1.5 ਕੁ ਲੱਖ ਪੌਂਡ ਅਮੈਰੀਕਨ ਜਿੱਥੋਂ ਜਿਹੜੇ ਵੀ ਅਮੈਰੀਕਨ ਖਾਲਸਾ ਸਾਈਡ ਆ ਅਤੇ 75,000 ਡੋਲਰ ਕਨੇਡਾ ਦੇ ਖਾਲਸਾ ਸਾਈਡ ਵੱਲੋਂ ਸੋ ਰਫਲੀ ਅਪਰੋਕਸੀਮੇਟਲੀ ਕਹਿ ਲਓ ਭਾਈ 7 ਕੁ ਲੱਖ ਪੌਂਡ ਹਾਲੇ ਤੱਕ ਸਾਡੇ ਕੋਲ ਖਰਚਣ ਦਾ ਪਿਆ ਆ ਅਤੇ ਕੰਮ ਵੀ ਚੱਲ ਰਹੇ ਆ ਸੋ 2.5 million ਪੌਂਡ ਦੇ ਵਿੱਚੋਂ ਸਾਡੇ ਹੁਣ 7 ਲੱਖ ਪੌਂਡ ਹੈਗਾ ਅਤੇ ਇਹਦੇ ਵਿੱਚ ਇਹ ਵੀ ਜਾਣਕਾਰੀ ਦੇਣੀ ਚਾਹੁੰਦਾ ਕਿਉਂਕਿ ਸਾਡੇ ਲਈ ਇਹ ਬਹੁਤ ਜ਼ਰੂਰੀ ਸੀਗਾ ਭਾਈ ਤੁਹਾਨੂੰ ਅਸੀਂ ਦੱਸੀਏ ਇਹ ਜਿਹੜੇ ਭਾਈ UK USA ਕਨੇਡਾ ਤੋਂ ਕਿੰਨੇ ਪੈਸੇ ਇਕੱਠੇ ਹੋਏ ਸੀਗੇ ਅਤੇ ਕਿੰਨੇ ਰਹਿੰਦੇ ਆ ਕਿਉਂਕਿ ਕਈ ਵਾਰੀ ਡਿਜ਼ਾਸਟਰ ਹੁੰਦੇ ਆ ਜਾਂ ਹੁਣ ਕੋਵਿਡ ਵੀ ਆਈ ਆ ਅਤੇ ਪੈਸੇ ਜਿਹੜੇ ਭਾਈ ਚੈਰਿਟੀਆਂ ਜਾਂ ਔਰਗਨਾਈਜੇਸ਼ਨ ਨੂੰ ਆਪਣੇ ਮੇਨ ਫੰਡ 'ਚ ਪਾਈ ਜਾਂਦੇ ਉਹ 'ਚ ਕੋਈ ਸੈਪਰੇਟ ਨਹੀਂ ਹੁੰਦਾ ਭਾਈ ਕਿੰਨੇ ਇਕੱਠੇ ਹੋਏ ਕਿੰਨੇ ਖਰਚੇ ਅਤੇ ਕਈ ਵਾਰੀ ਜਿੱਦਾਂ ਹੜ੍ਹ ਆਏ ਆ ਅਤੇ ਹੜ੍ਹਾਂ ਮਗਰੋਂ 1-2 ਮਹੀਨੇ ਬਾਅਦ ਕਈ ਜਿਹੜੀਆਂ ਜਥੇਬੰਦੀਆਂ ਜਾਂ ਔਰਗਨਾਈਜੇਸ਼ਨ ਛੱਡ ਕੇ ਚੱਲ ਜਾਂਦੇ ਏਰੀਆ ਅਤੇ ਥੋੜ੍ਹੀਆਂ ਜਥੇਬੰਦੀਆਂ ਪਿੱਛੇ ਰਹਿ ਜਾਂਦੀਆਂ ਸੋ ਅਸੀਂ ਹੋਰ ਵੀ ਦੂਜੇ ਇਲਾਕੇ ਦੇਸ਼ਾਂ ਪ੍ਰਦੇਸ਼ਾਂ ਸੋਰੀ ਇੱਦਾਂ ਕਰਦੇ ਹਾਂ ਅਤੇ ਪੰਜਾਬ ਲਈ ਜਿਹੜਾ ਹੜ੍ਹ ਆਏ ਸੀਗੇ ਉਹ ਵੀ ਅਸੀਂ ਪੈਸੇ ਅਲੱਗ ਰੱਖੇ ਆ ਸੋ ਸੰਗਤ ਨੂੰ ਪਤਾ ਹੋਵੇ ਅਤੇ ਇੱਥੇ ਜਿਹੜੇ UK ਦੀ ਚੈਰਿਟੀ ਕਮਿਸ਼ਨ ਆ ਜਿਹੜੀ ਵੀ ਸਾਰੀ ਚੈਰਿਟੀਆਂ ਦੇਖਭਾਲ ਕਰਦੀ ਉਹਨੂੰ ਪਤਾ ਹੋਵੇ ਹੁਣ ਜਿਹੜਾ ਕੋਵਿਡ ਵੀ ਹੋਇਆ ਅਸੀਂ ਕੋਵਿਡ ਦੇ ਫੰਡ ਵੀ ਸੈਪਰੇਟ ਰੱਖੇ ਆ ਸੋ ਅਸੀਂ ਵੀ ਸਾਰਾ ਫੰਡ ਇੱਕ ਫੰਡ ਦੇ ਵਿੱਚ ਪਾ ਕੇ ਕਹਿ ਸਕਦੇ ਸੀਗੇ ਵੀ ਸਾਡਾ ਵੀ ਕੰਮ ਹੋ ਗਿਆ 2 ਸਾਲ ਪਹਿਲਾਂ ਜਿੱਦਾਂ ਪੰਜਾਬ ਹੜ੍ਹ ਆਇਆ ਅਸੀਂ ਵੀ ਚੱਲੇ ਹਾਂ ਪਰ ਨਹੀਂ ਅਸੀਂ ਜਾਣ ਕੇ ਇੱਦਾਂ ਚਾਹੁੰਦੇ ਹਾਂ ਭਾਈ ਸੰਗਤ ਨੂੰ ਪਤਾ ਹੋਵੇ ਕਿੰਨਾ ਪੈਸਾ ਆਇਆ ਅਤੇ ਕਿੰਨਾ ਲੱਗਾ ਪੈਸਾ ਇਕੱਠਾ ਕਰਨਾ ਬਹੁਤ ਸੌਖਾ ਆ ਚੰਗੀ ਤਰ੍ਹਾਂ ਖਰਚਣਾ ਸਪੈਸ਼ਲੀ ਇੰਡੀਆ ਵਿੱਚ ਪੰਜਾਬ 'ਚ ਕਾਫੀ ਔਖਾ ਸੋ ਅਮਰਪ੍ਰੀਤ ਸਿੰਘ ਤੁਹਾਡਾ ਆਉਣ ਦਾ ਥੈਂਕ ਯੂ ਅਗੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਸ ਵੇਲੇ ਜਿਹੜੇ ਭਾਈ 1-2 ਪ੍ਰੋਜੈਕਟ ਮੇਰੇ ਖਿਆਲ ਸੰਗਤ ਨੂੰ ਘੱਟ ਹੀ ਪਤਾ ਆ ਮੇਨ ਜਿਹੜਾ ਗਿੱਦੜ ਪਿੰਡੀ ਜਿਹੜਾ ਭਾਈ ਬੰਦ ਬਣਾਉਣ ਦਾ ਉਹਦੇ ਵਿੱਚ ਕੀ ਸੀ ਹਿੱਸਾ ਖਾਲਸਾ ਸਾਈਡ ਦਾ ਅਤੇ ਕਿਉਂ ਇਨਵੀਟੇਸ਼ਨ ਆਈ ਸੀ ਸਾਡੀ ਹੈਲਪ ਲਈ ਹਾਂਜੀ ਭਾਈ ਸਾਹਿਬ ਇੱਦਾਂ ਕਿ ਜਦੋਂ ਖਾਲਸਾ ਏਡ ਉੱਥੇ ਪਿਛਲੇ 2019 ਤੋਂ ਜਿਹੜੇ ਪ੍ਰੋਜੈਕਟਸ ਚੱਲ ਰਹੇ ਨੇ ਸਾਡੇ ਅਤੇ ਉਸ ਦੌਰਾਨ ਜਿਹੜੀ ਸੰਸਥਾ ਉੱਥੇ ਲੋਕਲ ਪਿੰਡਾਂ ਨੇ ਇਕੱਠੀ ਕਰਕੇ ਇੱਕ ਔਰਗਨਾਈਜੇਸ਼ਨ ਫੋਰਮ ਕੀਤੀ ਸੀ ਜਿਹਦਾ ਨਾਮ ਉਹਨਾਂ ਨੇ ਹੜ੍ਹ ਰੋਕੂ ਕਮੇਟੀ ਬਣਾਇਆ ਸੀਗਾ ਸੋ ਉਹ ਕਮੇਟੀ ਨੇ ਆਪਣੇ ਸਾਰੇ ਮੈਂਬਰਸ ਦੇ ਵੱਲੋਂ ਫੰਡ ਇਕੱਠਾ ਕਰਕੇ ਇੱਕ ਮਤਲਬ ਇਨੀਸ਼ੀਏਟ ਕੀਤਾ ਕਿ ਅਸੀਂ ਜਿਹੜਾ ਬੰਨ ਟੁੱਟਿਆ ਸੀ ਜਿੱਥੋਂ ਦੀ ਜਿੱਥੋਂ ਪਾਣੀ ਆਇਆ ਉਹ ਬੰਨ ਨੂੰ ਉਹ ਮਜ਼ਬੂਤ ਅਤੇ ਸਹੀ ਤਰੀਕੇ ਨਾਲ ਉੱਥੋਂ ਮਿੱਟੀ ਕੱਢ ਕੇ ਰਸਤਾ ਬਣਾਉਣਾ ਚਾਹੁੰਦੇ ਸੀ ਤਾਂ ਜੋ ਪਾਣੀ ਕਦੇ ਵੀ ਓਵਰਫਲੋ ਕਰੇ ਨਦੀਆਂ 'ਤੇ ਉਹ ਰੁਕੇ ਨਾ ਅਤੇ ਉਹ ਪਿੰਡਾਂ 'ਚ ਨਾ ਆਵੇ ਸੋ ਉਸ ਪ੍ਰੋਜੈਕਟ ਦੇ ਲਈ ਉਹਨਾਂ ਨੇ ਸਾਨੂੰ ਪ੍ਰਪੋਜ਼ਲ ਭੇਜਿਆ ਸੀ ਕਿ ਸਾਨੂੰ ਤੇਲ ਦੀ ਜਿਹੜੀ ਹੈ ਉਹ ਰਿਕੁਆਇਰਮੈਂਟ ਹੈ ਸੋ ਉਸ ਤੇਲ ਦੀ ਰਿਕੁਆਇਰਮੈਂਟ ਦੇ ਦੇਖਦਿਆਂ ਹੋਇਆਂ ਅਸੀਂ ਜਿਹੜਾ ਤੇਲ ਦਾ ਜਿਹੜਾ ਫੰਡਸ ਸੀਗੇ ਵੀ ਤੁਸੀਂ ਜਿਹੜੇ ਕਿਉਂਕਿ ਉੱਥੇ ਸੀਚੇਵਾਲ ਸੰਸਥਾ ਇੱਕ ਜਿਹੜੀ ਉਹ ਕੰਮ ਕਰ ਰਹੀ ਸੀਗੀ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਸੀ ਉਹ ਕਮੇਟੀ ਦੇ ਨਾਲ ਮਿਲ ਕੇ ਬਟ ਉੱਥੇ ਜਿਹੜੇ ਟਰੈਕਟਰਸ ਖਾਲਸਾ ਸਾਈਡ ਵੱਲੋਂ ਦਿੱਤੇ ਗਏ ਸੀਗੇ ਸੁਸਾਇਟੀਆਂ ਨੂੰ ਉਹ ਟਰੈਕਟਰਸ ਦਾ ਇਸਤੇਮਾਲ ਹੋ ਰਿਹਾ ਸੀਗਾ ਪਰ ਨਾਲ ਦੀ ਨਾਲ ਉੱਥੇ ਕਿਉਂਕਿ ਟਰੈਕਟਰਾਂ ਨੇ ਟਿੱਪਰਾਂ ਨੇ ਮਿੱਟੀ ਕੱਢਣੀ ਹੈ ਲੈ ਕੇ ਜਾਣੀ ਹੈ ਉਹ ਸਾਰਾ ਜਿਹੜਾ ਬਹੁਤ ਵੱਡਾ ਜਿਹੜਾ ਕਾਰਜ ਸੀਗਾ ਉਸਦੇ ਵਿਚਕਾਰ ਕਾਫੀ ਸੰਸਥਾਵਾਂ ਇਨਵੋਲਵ ਸੀਗੀਆਂ ਅਤੇ ਸਾਨੂੰ ਤੇਲ ਦੀ ਜਿਹੜੀ ਰਿਕੁਐਸਟ ਆਏਗੀ ਕਿ ਤੁਹਾਡੇ ਟਰੈਕਟਰ ਲੱਗੇ ਨੇ ਬਟ ਤੇਲ ਅਗਰ ਤੁਸੀਂ ਪ੍ਰੋਵਾਈਡ ਕਰ ਦਿਓ ਡੀਜ਼ਲ ਅਤੇ ਉਹ ਸਾਡੇ ਲਈ ਥੋੜ੍ਹਾ ਸਮੂਥ ਵਰਕਿੰਗ ਹੈ ਜਿਹੜੀ ਉਹ ਹੋ ਜਾਏਗੀ ਸੋ ਖਾਲਸਾ ਏਡ ਦੇ ਵੱਲੋਂ ਉਹ ਜਿਹੜਾ ਤੇਲ ਹੈ ਕੁਛ ਅਮਾਊਂਟ ਦਾ ਹੁਣ ਮੈਨੂੰ ਐਗਜੈਕਟਲੀ ਫਿਗਰ ਨਹੀਂ ਯਾਦ ਉਹ ਤੇਲ ਜਿਹੜਾ ਪ੍ਰੋਵਾਈਡ ਕੀਤਾ ਗਿਆ ਐਂਡ
ਉਹ ਕਾਰਜ ਕਾਫੀ ਟਾਈਮ ਕੋਵਿਡ ਕਰਕੇ ਹੁਣ ਬੰਦ ਰਿਹਾ। ਸੋ ਹੋਰ ਜਿਹੜੀ ਉੱਥੇ ਲੋਕਲ ਕਮੇਟੀ ਹੈ, ਹੜ੍ਹ ਰੋਕੂ ਕਮੇਟੀ, ਉਹ ਇਸ ਪ੍ਰੋਜੈਕਟ ਨੂੰ ਹੁਣ ਅੱਗੇ ਰਨ ਕਰ ਰਹੀ ਹੈ। ਸੋ ਜਿਹੜਾ ਸਾਡਾ ਸ਼ੇਅਰ ਅਸੀਂ ਪਾਉਣਾ ਚਾਹੁੰਦੇ ਸੀਗੇ ਉਸ ਸੇਵਾ ਦੇ ਵਿਚਕਾਰ, ਕਿਉਂਕਿ ਉਹ ਫੁੱਲ ਫਲੈਜ ਇਕੱਲਾ ਖਾਲਸਾ ਏਡ ਦਾ ਪ੍ਰੋਜੈਕਟ ਨਹੀਂ ਸੀਗਾ ਜਾਂ ਅਸੀਂ ਇਨੀਸ਼ੀਏਟ ਨਹੀਂ ਕੀਤਾ, ਬਟ ਉਹਨਾਂ ਦੀ ਅਪਰੋਚ ਆਉਣ ਦੇ ਨਾਲ ਉਹਨਾਂ ਨੇ ਸੇਵਾ ਮੰਗੀ, ਰਿਕੁਐਸਟ ਕੀਤੀ ਕਿ ਆ ਚਾਹੀਦੀ ਹੈ। ਸੋ ਉਸ ਦੇ ਵਿਚਕਾਰ ਜਿਹੜੀ ਕੰਟਰੀਬਿਊਸ਼ਨ ਹੈ ਉਹ ਖਾਲਸਾ ਏਡ ਦੀ ਰਹੀ ਹੈ। ਤਾਂ ਮੈਂ ਅਸੀਂ ਕਹਿ ਸਕਦੇ ਭਾਈ ਲੱਖਾਂ ਤੋਂ ਲੱਖ ਲੱਗੇ ਉੱਥੇ ਤੇਲ ਦੇ ਨਾ, ਪਤਾ ਨਹੀਂ ਐਗਜ਼ੈਕਟ ਫਿਗਰ ਹਾਂਜੀ ਮੇਰੇ ਕੋਲ ਸਾਹਮਣੇ ਆਈ, ਪਰ ਕਾਫੀ ਲੱਖ ਲੱਗੇ ਉੱਥੇ। ਜੀ 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 ਤੇ ਸੋ ਕਿਉਂਕਿ ਲੋਕ ਸਮਝਦੇ ਭਾਈ ਹੜ੍ਹਾਂ ਦਾ ਕੰਮ ਜਿਹੜਾ ਭਾਈ ਇੱਕਦਮ ਹੀ ਹੋ ਜਾਂਦਾ, ਪਰ ਇਹ ਕੰਮ ਚੱਲੀ ਜਾਂਦਾ। ਤੇ ਇਸ ਵੇਲੇ ਸਕੂਲ ਬਿਲਕੁਲ ਵੀ ਬਣ ਭਾਜੀ, ਰਹੇ ਨੇ ਤੁਸੀਂ, ਪਰ ਸਕੂਲ ਦਾ ਕੀ ਆ? ਯਾਰ ਮੈਂ ਉਹੀ ਦੱਸ ਰਿਹਾ ਸੀ, ਕਈ ਵਾਰ ਹੁੰਦਾ ਹੈ ਕਿ ਅੱਜ ਪਾਣੀ ਜਦੋਂ ਖੜਾ ਹੈ ਖੇਤਾਂ ਦੇ ਵਿਚਕਾਰ, ਉਸ ਤੱਕ ਤਾਂ ਸਾਰਿਆਂ ਦੀ ਨਿਗਾਹ ਰਹਿੰਦੀ ਹੈ। ਆਪਾਂ ਲਾਸਟ ਵੀ ਡਿਸਕਸ਼ਨ ਕਰਦੇ ਸੀਗੇ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਪਾਣੀ ਨਿਕਲ ਗਿਆ ਤੇ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਸੋਲਵ ਹੋ ਗਈਆਂ, ਪਰ ਸੱਚ ਜਾਣਿਓ ਕਿ ਗੱਲ ਇਦਾਂ ਹੁੰਦੀ ਹੈ ਕਿ ਜਦੋਂ ਪਾਣੀ ਨਿਕਲ ਗਿਆ ਅਸਲ ਜਿਹੜੀ ਰੀਹੈਬਿਲੀਟੇਸ਼ਨ ਹੈ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਉਹ ਸਾਲੋ ਸਾਲ ਲੱਗ ਜਾਂਦੇ ਆ ਉਸ ਏਰੀਆ ਨੂੰ ਡਿਵੈਲਪਮੈਂਟ ਕਰਦਿਆਂ ਹੋਇਆਂ, ਉਸਦੀ ਰੀਹੈਬਿਲੀਟੇਸ਼ਨ ਕਰਦਿਆਂ ਹੋਇਆਂ, ਕਿਉਂਕਿ ਜਦੋਂ 2019 ਦੇ ਵਿਚਕਾਰ ਹੜ੍ਹ ਆਏ, ਜਦੋਂ ਰੈਸਕਿਊ ਆਪਰੇਸ਼ਨ ਖਾਲਸਾ ਏਡ ਦੇ ਵੱਲੋਂ ਸ਼ੁਰੂ ਕੀਤੇ ਗਏ, ਉਸ ਤੋਂ ਬਾਅਦ ਮੇਨ ਕੰਮ ਜਿਹੜਾ ਸ਼ੁਰੂ ਹੋਇਆ, ਖੇਤਾਂ 'ਚ ਪਾਣੀ ਖੜਾ, ਰੇਤਾ ਆ ਗਿਆ ਖੇਤਾਂ 'ਚ, ਉਹ ਕੱਢਣਾ, ਉਸ ਤੋਂ ਬਾਅਦ ਡੀ ਵਾਟਰਿੰਗ ਕਰਨੀ। ਕਿੰਨੇ ਲੱਖ, ਮਤਲਬ ਲੱਖਾਂ ਦਾ ਤੇਲ ਸਾਡਾ ਡੀ ਵਾਟਰਿੰਗ ਦੇ ਵਿੱਚ ਲੱਗ ਗਿਆ ਕਿ ਰਾਤੋਂ ਰਾਤ ਕਿੰਨੇ ਲਗਾਤਾਰ ਦਿਨ ਟਰੈਕਟਰ ਮੋਟਰਾਂ ਲਗਾ ਕੇ ਪਾਣੀ ਕੱਢਦੇ ਰਹੇ ਖੇਤਾਂ ਦੇ ਵਿੱਚੋਂ। ਸੋ ਉਹ ਜਿਹੜੇ ਕਾਰਜ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਫਸਲਾਂ ਦੇ ਲਈ ਉਹਨਾਂ ਨੂੰ ਖਾਦ ਵੰਡਣੀ, ਉਹਨਾਂ ਲਈ ਇਨਸੈਕਟੀਸਾਈਡ ਵੰਡਣੇ, ਉਹਨਾਂ ਨੂੰ ਹੋਰ ਔਜ਼ਾਰ ਲੈ ਕੇ ਦੇਣੇ। ਸੋ ਇਹ ਕਾਰਜ ਬਾਅਦ ਦੇ ਵਿੱਚ ਸ਼ੁਰੂ ਹੁੰਦੇ। ਸੋ 2020 ਦੇ ਵਿੱਚ ਅਸੀਂ ਇੱਕ ਅਸੈਸਮੈਂਟ ਆਪਣੀ ਕੀਤੀ ਸੀਗੀ, ਕਿਉਂਕਿ ਇਹ ਸਾਰਾ ਕੰਮ ਅਸੈਸਮੈਂਟ ਦੇ ਬੇਸ ਤੇ ਰਹਿੰਦਾ। ਸੋ ਉਸਦੇ ਵਿਚਕਾਰ ਅਸੀਂ ਕੁਛ ਸਕੂਲ ਹੈ ਜਿਹੜੇ ਸਰਕਾਰੀ ਸਕੂਲ ਨੇ ਉਹ ਸ਼ਾਰਟਲਿਸਟ ਕੀਤੇ ਸੀ, ਜਿਨ੍ਹਾਂ ਦੇ ਬਹੁਤ ਜ਼ਿਆਦਾ ਮੰਦੇ ਹਾਲਾਤ ਹੋ ਗਏ ਸੀ ਪਾਣੀ ਦੇ ਕਰਕੇ, ਜਾਂ ਪਹਿਲਾਂ ਹੀ ਉਹਨਾਂ ਦੇ ਵਿੱਚ ਕਰੈਕ ਸੀਗੇ ਤੇ ਹੋਰ ਅਨਸੇਫ ਹੋ ਗਏ ਸੀ ਬੱਚਿਆਂ ਦੇ ਲਈ। ਸੋ ਉਹ 12 ਸਕੂਲ, 12 ਤੋਂ 13 ਸਕੂਲ ਜਿਹੜੇ ਉਹ ਸ਼ਾਰਟਲਿਸਟ ਕੀਤੇ ਗਏ, ਜਿਨ੍ਹਾਂ ਦੇ ਫਿਰ ਉਸ ਤੋਂ ਬਾਅਦ ਉਹ ਸ਼ਾਰਟਲਿਸਟ ਕਰਕੇ ਸਰਕਾਰ ਨੂੰ ਉਸਦਾ ਪੂਰਾ ਪ੍ਰਪੋਜ਼ਲ ਭੇਜਿਆ, ਉਹਨਾਂ ਦੇ ਨਾਲ ਦੱਸਿਆ ਕਿ ਆਹ ਚੀਜ਼ਾਂ ਅਸੀਂ ਆਹ ਸਕੂਲਸ ਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ। ਸੋ ਫਿਰ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ, ਐਜੂਕੇਸ਼ਨ ਡਿਪਾਰਟਮੈਂਟ ਇਨਵੋਲਵ ਹੋਇਆ ਵਿੱਚ। ਸੋ ਇਹ ਪਰਮਿਸ਼ਨ ਦਾ ਵਰਕ ਕਰਦੇ ਕਰਦੇ ਅੱਜ ਹੁਣ ਸਾਡੇ ਕੋਲ ਇਸ ਟਾਈਮ 3 ਸਕੂਲ ਜਿਹੜੇ ਔਨਗੋਇੰਗ, ਜਿਨ੍ਹਾਂ ਦੀ ਇਮਾਰਤਾਂ ਖੜੀਆਂ ਹੋ ਚੁੱਕੀਆਂ, ਕਿਸੇ ਦਾ ਲੈਂਟਰ ਪੈ ਰਿਹਾ, ਕਿਸੇ ਦਾ ਪਲੈਸਟਰ ਹੋ ਰਿਹਾ, ਕਿਸੇ ਦੀਆਂ ਕੰਧਾਂ ਖੜੀਆਂ ਹੋ ਰਹੀਆਂ। ਉਸਦੇ ਵਿੱਚੋਂ ਗਿੱਦੜ ਪਿੰਡੀ ਦਾ ਜਿਹੜਾ ਮੇਨ ਸਕੂਲ ਹੈ ਗਿੱਦੜ ਪਿੰਡੀ ਦੇ ਵਿੱਚ, ਉਹ ਸਕੂਲ ਬਣਨ ਨੂੰ ਪੂਰਾ ਲੈਂਟਰ ਪੈ ਚੁੱਕਾ ਉਸਦਾ। ਉਸ ਤੋਂ ਬਾਅਦ ਬਾੜਾ ਜੋਤ ਸਿੰਘ ਪਿੰਡ ਹੈਗਾ ਜਿਹੜਾ ਕਿ ਗਿੱਦੜ ਪਿੰਡੀ ਦੇ ਨਾਲ ਹੈ, ਉਸ ਸਕੂਲ ਦੀ ਇਮਾਰਤ ਖੜੀ ਹੋ ਗਈ ਹੈ, ਉਸਦੇ ਵਿੱਚ ਪਲਾਸਟਰ ਚੱਲ ਰਿਹਾ। ਗੱਟੀ ਰਾਏਪੁਰ ਇੱਕ ਜਿਹੜਾ ਪਿੰਡ ਹੈ ਉਸਦਾ ਜਿਹੜਾ ਸਰਕਾਰੀ ਸਕੂਲ ਹੈ ਉਹ ਉਸਦੀਆਂ ਨੀਹਾਂ ਭਰੀਆਂ ਚੁੱਕੀਆਂ, ਉਹਦੀਆਂ ਦੀਵਾਰਾਂ ਖੜੀਆਂ ਹੋ ਰਹੀਆਂ। ਸੋ ਇਸ ਤੋਂ ਬਾਅਦ ਹੋਰ ਮੁੰਡੀ ਚੋਲੀਆਂ, ਮਹਿਰਾਜ ਵਾਲਾ, ਚੱਕ ਵਡਾਲਾ, ਮੁੰਡੀ ਕਾਸੂ, ਇਹ ਸਾਰੇ ਪਿੰਡ ਨੇ। ਤਕਰੀਬਨ 12 ਤੋਂ 13 ਸਕੂਲ ਅਸੀਂ ਜਿਨ੍ਹਾਂ ਦੀ ਅਸੈਸਮੈਂਟ ਕੰਪਲੀਟ ਕੀਤੀ ਹੈ। ਸੋ ਇਹ ਕਾਰਜ ਜਿਹੜੇ ਰੈਗੂਲਰਲੀ ਚੱਲ ਰਹੇ ਨੇ ਔਰ ਅਸੀਂ ਅਪਡੇਟ ਵੀ ਆਪਣੇ ਸੋਸ਼ਲ ਪਲੇਟਫਾਰਮਸ ਉੱਤੇ ਪਾ ਰਹੇ ਹਾਂ। ਪਰ ਇੱਕ ਗੱਲ ਦਾ ਬੜਾ ਫੀਲ ਹੁੰਦਾ ਕਿ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਨਹੀਂ ਦੇ ਪਾਉਂਦੇ। ਅਸੀਂ ਦੇਖਦੇ ਨਹੀਂ ਕਿ ਹੁਣ ਵੀ, ਅੱਛਾ ਪੰਜਾਬ ਫਲੱਡ ਚੱਲ ਰਿਹਾ, ਕਈ ਲੋਕ ਪੁੱਛਦੇ ਕਿ ਹੜ੍ਹ ਹੁਣ ਆਏ ਨੇ, ਬਟ ਰਿਐਲਿਟੀ ਇਹ ਹੈ ਕਿ ਕਿਸੇ ਜਗ੍ਹਾ ਤੇ ਹੁਣ ਅਸੀਂ ਅਗਰ ਆਪਣੇ ਤੇ ਵੀ ਲੈ ਕੇ ਦੇਖਦੇ ਹਾਂ ਤਾਂ ਅਗਰ ਸਾਨੂੰ ਕਿਸੇ ਚੀਜ਼ ਨੇ ਕੋਈ ਇਫੈਕਟ ਕੀਤਾ ਤਾਂ ਕਿੰਨੇ ਮਹੀਨੇ, ਕਿੰਨੇ ਸਾਲ ਲੱਗ ਜਾਂਦੇ ਉਸ ਚੀਜ਼ ਚੋਂ ਨਿਕਲਣ ਦੇ ਲਈ। ਸੋ ਖਾਲਸਾ ਏਡ ਨੇ ਜ਼ਿੰਮੇਵਾਰੀ ਅਗਰ ਚੱਕੀ ਹੈ, ਸੰਗਤ ਨੇ ਸਹਿਯੋਗ ਦਿੱਤਾ, ਜਿਵੇਂ ਭਾਈ ਸਾਹਿਬ ਹੋਰਾਂ ਨੇ ਹਿਸਾਬ ਦਾ ਵੀ ਦੱਸਿਆ, ਤੁਹਾਨੂੰ ਦੱਸਿਆ ਕਿੰਨੇ ਪੈਸੇ ਆਏ, ਕਿੰਨੇ ਬੱਚੇ ਨੇ। ਸੋ ਸਾਡਾ ਟਾਰਗੇਟ ਹੈ ਕਿ ਜੋ ਫੰਡ ਜਿਸ ਇੰਟੈਂਸ਼ਨ ਦੇ ਨਾਲ ਆਏ ਆ ਉੱਥੇ ਹੀ ਖਰਚ ਹੋਣ, ਤਾਂ ਹੀ ਅੱਜ ਟੀਮਾਂ ਅੱਜ ਦੀ ਡੇਟ ਦੇ ਵਿੱਚ ਵੀ ਅੱਜ ਉੱਥੇ ਘਰ ਵੀ ਬਣ ਰਹੇ ਨੇ ਹਜੇ। ਸੋ ਘਰਾਂ ਦਾ ਵੀ ਕੰਮ ਰੈਗੂਲਰਲੀ ਚੱਲ ਰਿਹਾ, ਸੋ ਸਕੂਲਾਂ ਦਾ ਵੀ ਚੱਲ ਰਿਹਾ। ਹੋਰ ਵੀ ਕਿਸਾਨ ਭਰਾ ਜਿਹੜੇ ਸਾਨੂੰ ਹੋਰ ਅਪਰੋਚ ਕਰਦੇ ਆ, ਉੱਥੇ ਕਿਸੇ ਦੇ ਵਿਆਹ ਸ਼ਾਦੀ ਦੇ ਵਿੱਚ ਲੋੜ ਆ, ਕਿਸੇ ਦੇ ਬਾਥਰੂਮਸ ਖਰਾਬ ਨੇ। ਸੋ ਕਾਫੀ ਕੰਮ ਉਸ ਏਰੀਆ ਦੇ ਵਿੱਚ ਜਿਹੜਾ ਕਿ ਹਜੇ ਵੀ ਖਾਲਸਾ ਏਡ ਦੇ ਵੱਲੋਂ ਸੇਵਾਵਾਂ ਜਿਹੜੀਆਂ ਜਾਰੀ ਨੇ। ਹਾਂਜੀ, ਉਹੀ ਅਸੀਂ ਗੱਲ ਕਰਨੀ ਚਾਹੁੰਦੇ ਕਿਉਂਕਿ ਸੇਵਾ ਤਾਂ ਚੱਲਦੀ ਰਹੀ ਆ, ਉਹਦੇ ਵਿੱਚ ਕੋਵਿਡ ਕਰਕੇ ਥੋੜਾ ਜਿਹਾ ਗੈਪ ਪੈ ਗਿਆ ਸੀਗਾ, ਤੇ ਵਿੱਚ ਜਿਹੜਾ ਪਈ ਕਿਸਾਨਾਂ ਦਾ ਜਿਹੜਾ ਅੰਦੋਲਨ ਕਰਕੇ ਵੀ ਕਾਫੀ ਉੱਥੇ ਸੇਵਾ ਉੱਧਰ ਵੀ ਚੱਲਣ ਲੱਗ ਪਈ ਸੀਗੀ। ਸੋ ਕੰਮ ਤਾਂ ਹੁਣ ਚੱਲ ਰਹੇ ਆ, ਕਾਫੀ ਸਕੂਲ ਬਣ ਰਹੇ ਆ, ਕਿੰਨੇ ਪਈ ਘਰ ਦੇ ਜਿੱਦਾਂ ਤੁਸੀਂ ਕਿਹਾ ਰਿਪੇਅਰ ਬਣਾਉਣੇ, ਰੀਬਿਲਡ ਕਰਨੇ, ਰਸੋਈਆਂ ਬਾਥਰੂਮ ਬਣਾਉਣੇ, ਉਹ ਵੀ ਲਿਸਟ ਦੇ ਵਿੱਚ ਆ।
ਸੋ ਜਿਹੜੇ ਕੰਮ ਤਾਂ ਚੱਲ ਰਹੇ ਆ ਤੇ ਇਹਦੇ ਵਿੱਚ ਜਦੋਂ ਅਸੀਂ ਪੰਜਾਬ ਦੇ ਪ੍ਰੋਜੈਕਟ ਦੀ ਗੱਲ ਕਰਦੇ ਤਾਂ ਹੋਰ ਵੀ ਅਸੀਂ ਪ੍ਰੋਜੈਕਟ ਦੀ ਗੱਲ ਕੀਤੀ ਜਿਹੜੀ ਭਈ ਆ ਜਿਹੜੇ ਭਈ ਦਰਖਤ ਬੀਜਣੇ ਆ ਉਹ ਵੀ ਇੱਕ ਨਵਾਂ ਪ੍ਰੋਜੈਕਟ ਆ ਤੇ ਤੁਹਾਡੇ ਹੁਣ ਜਿਹੜੇ ਭਈ ਸ਼ਹੀਦ ਪਰਿਵਾਰ ਦੀ ਮਦਦ ਕਰਦੇ ਹਰ ਮਹੀਨੇ ਕਿੰਨੇ ਪਰਿਵਾਰ ਆ ਗਏ ਇਸ ਵੇਲੇ ਤਕਰੀਬਨ ਉਸ ਪ੍ਰੋਜੈਕਟ ਦੇ ਅੰਡਰ ਹੈਗੀਆਂ ਹਜੇ ਸੋ ਆਈ ਥਿੰਕ ਜਦੋਂ ਸ਼ੁਰੂ ਕੀਤਾ ਸੀ ਤਾਂ 270-250 ਦੇ ਕਰੀਬ ਪਰਿਵਾਰ ਸੀ ਹੌਲੀ ਹੌਲੀ ਬਜ਼ੁਰਗ ਪੂਰੇ ਹੋ ਰਹੇ ਨੇ ਪਰ ਉਹ ਵੀ ਪਰਿਵਾਰਾਂ ਦੀ ਸੇਵਾ ਜਿਹੜੀ ਮਹੀਨੇਵਾਰ ਜਿਹੜੀ ਉਹਨਾਂ ਦੀ ਸੇਵਾ ਉਹ ਖਾਲਸਾ ਦੇ ਵੱਲੋਂ ਜਿਹੜੀ ਬਜ਼ੁਰਗਾਂ ਦੇ ਸਹਾਰੇ ਦੇ ਤੌਰ 'ਤੇ ਅਸੀਂ ਆਪਣਾ ਜੋ ਸਹਿਯੋਗ ਦੇ ਸਕਦੇ ਹਾਂ ਉਹ ਰੈਗੂਲਰ ਜੇ ਕਾਫੀ ਸਾਲਾਂ ਤੋਂ ਜਿਹੜਾ ਉਹ ਜਾਰੀ ਹੈ ਹਾਂਜੀ ਹਾਂਜੀ ਉਹ ਤਾਂ ਅਸੀਂ ਹਰ ਵਾਰੀ ਕਹਿੰਦੇ ਹਾਂ ਭਾਈ ਜੇ ਕੋਈ ਪੰਜਾਬ ਜਾ ਰਿਹਾ ਆ ਤੇ ਜਾ ਕੇ ਤੁਹਾਡੇ ਆਫਿਸ ਜਾ ਕੇ ਮਿਲੇ ਤੁਹਾਨੂੰ ਤੇ ਦੇਖਣ ਭਈ ਸਾਡੇ ਕਿੱਥੇ ਸੇਵਾ ਚੱਲ ਰਹੀਆਂ ਆ ਕਿੱਧਰ ਚੱਲ ਰਹੀਆਂ ਤੇ ਜਿਹੜੇ ਆ ਜਿਹੜੇ ਪਰਿਵਾਰ ਆ ਉਹਨਾਂ ਨੂੰ ਮਿਲ ਕੇ ਆਓ ਸੋ ਕਈ ਵਾਰੀ ਸੋਸ਼ਲ ਮੀਡੀਆ ਤੇ ਲੋਕ ਐਵੇਂ ਗੱਪਾਂ ਛੱਪਾਂ ਦੇਖ ਕੇ ਉਹ ਦੂਜੀ ਕੋਈ ਗੱਲ ਮੰਨਣ ਲੱਗ ਪੈਂਦੇ ਭਈ ਖਾਲਸਾ ਕੁਛ ਕਰ ਨਹੀਂ ਰਹੀ ਪੰਜਾਬ 'ਚ ਸੋ ਅਸੀਂ ਹਰ ਵਾਰੀ ਕਹਿੰਦੇ ਤੁਹਾਡੇ ਖਾਲਸਾ ਦੇ ਆਫਿਸ ਜਲੰਧਰ ਆ ਪਟਿਆਲੇ ਆ ਅਪੋਇੰਟਮੈਂਟ ਬਣਾ ਲਓ ਤੇ ਜਾ ਕੇ ਬੈਠ ਲਓ ਉੱਥੇ ਚਾਹ ਦਾ ਕੱਪ ਪੀ ਲਓ ਤੇ ਦੇਖ ਲਓ ਅਸੀਂ ਕੀ ਕਰਦੇ ਹਾਂ ਤੁਹਾਡੇ ਸਾਹਮਣੇ ਸਾਰਾ ਦਿਖਾ ਦੇਵਾਂਗੇ ਜੇ ਕੋਈ ਚੈੱਕ ਕਰਨਾ ਚੈੱਕ ਵੀ ਕਰ ਸਕਦੀ ਸੰਗੇ ਜਾ ਕੇ ਫੀਲਡ 'ਚ ਯਾਰ ਬਿਲਕੁਲ ਭਾਜੀ ਹੁਣ ਕਈ ਵਾਰ ਕੁਛ ਪਰਿਵਾਰ ਆਉਂਦੇ ਨੇ ਜਿਨ੍ਹਾਂ ਦੇ ਇਮੋਸ਼ਨਸ ਜੁੜੇ ਹੋਏ ਨੇ ਪੰਜਾਬ ਦੇ ਨਾਲ ਇਕੱਲੇ ਸੋਸ਼ਲ ਪਲੇਟਫਾਰਮਸ ਦੇ ਉੱਤੇ ਨਹੀਂ ਉਹਨਾਂ ਦਾ ਦਰਦ ਗਰਾਊਂਡ ਦੇ ਨਾਲ ਜੁੜੇ ਆ ਜਦੋਂ ਬਾਹਰੋਂ ਕਿਸੇ ਹੋਰ ਸਟੇਟ 'ਚੋਂ ਜਾਂ ਕਿਸੇ ਹੋਰ ਦੇਸ਼ 'ਚੋਂ ਆਉਂਦੇ ਆ ਤਾਂ ਉਹ ਚਾਹੁੰਦੇ ਨੇ ਕਿ ਸਾਨੂੰ ਵਿਜ਼ਿਟ ਕਰਾਓ ਇਹੋ ਜਿਹੇ ਪਰਿਵਾਰਾਂ 'ਚ ਇਹੋ ਜਿਹੇ ਬੱਚਿਆਂ ਦੇ ਨਾਲ ਜਿਹੜੇ ਤੁਹਾਡੇ ਸਕੂਲ ਚੱਲਦੇ ਆ ਸਕੂਲ ਦਿਖਾਓ ਆਪਣਾ ਟਿਊਸ਼ਨ ਸੈਂਟਰ ਦਿਖਾਓ ਜਾਂ ਕਿਸੇ ਦਾ ਤੁਸੀਂ ਇਲਾਜ ਕਰਾਇਆ ਕਿਸੇ ਦੀ ਜ਼ਿੰਦਗੀ ਬਦਲੀ ਹੈ ਦਸਵੰਧ ਦੇ ਨਾਲ ਉਹ ਦਿਖਾਓ ਸੋ ਬੜੇ ਪਰਿਵਾਰ ਆਉਂਦੇ ਨੇ ਅਤੇ ਸਾਡੀ ਟੀਮਾਂ ਉਹਨਾਂ ਨੂੰ ਫੀਲਡ ਦੇ ਵਿੱਚ ਲੈ ਕੇ ਜਾਂਦੀਆਂ ਪਰਿਵਾਰਾਂ ਨਾਲ ਮਿਲਾਉਂਦੀਆਂ ਬਜ਼ੁਰਗਾਂ ਦੇ ਨਾਲ ਮਿਲਾਉਂਦੀਆਂ ਜਿਨ੍ਹਾਂ ਦੇ ਨਜਾਇਜ਼ ਪੁੱਤਰ ਮਾਰੇ ਗਏ ਸੋ ਇਹ ਉਦੋਂ ਪਤਾ ਲੱਗਦਾ ਕਿ ਸੇਵਾ ਜਿਹੜੀ ਉਹ ਗਰਾਊਂਡ ਲੈਵਲ 'ਤੇ ਕਿੰਨੀ ਚੱਲ ਰਹੀ ਹੈ ਕਿਉਂਕਿ ਲਾਸਟ ਟਾਈਮ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਹਰ ਵਾਰ ਮੁਮਕਿਨ ਨਹੀਂ ਹੁੰਦਾ ਕਿ ਅਸੀਂ ਇੱਕ ਇੱਕ ਪਰਿਵਾਰ ਦਾ ਰੋਜ਼ ਦਾ ਅਪਡੇਟ ਹੈ ਜਿਹੜਾ ਉਹ ਪਾ ਸਕੀਏ ਬਟ ਇਹ ਔਰਗਨਾਈਜੇਸ਼ਨਸ ਜਦੋਂ ਜਿਹੜਾ ਗਰਾਊਂਡ ਲੈਵਲ 'ਤੇ ਕੰਮ ਚੱਲ ਰਿਹਾ ਉਹ ਤੁਸੀਂ ਸਾਡੇ ਨਾਲ ਆਫਿਸ ਦੇ ਵਿੱਚ ਆ ਕੇ ਜਾਂ ਸਾਡੇ ਨਾਲ ਪਰਸਨਲੀ ਗੱਲਬਾਤ ਕਰਕੇ ਪੁੱਛ ਸਕਦੇ ਹੋ ਕਿ ਕਿਸ ਪੱਧਰ ਦੇ ਉੱਤੇ ਕੰਮ ਚੱਲ ਰਿਹਾ ਕਿੰਨੀ ਇਨਵੈਸਟਮੈਂਟ ਹੋ ਰਹੀ ਹੈ ਪ੍ਰੋਜੈਕਟਸ ਦੇ ਵਿੱਚ ਸੋ ਇਸ ਕਰਕੇ ਕਈ ਵਾਰ ਸੋਸ਼ਲ ਪਲੇਟਫਾਰਮਸ ਦੇ ਉੱਤੇ ਕਿਉਂਕਿ ਹੋਰ ਵੀ ਬੜੇ ਵਰਲਡ ਵਾਈਡ ਕਾਰਜ ਚੱਲ ਰਹੇ ਨੇ ਅਤੇ ਹਰ ਇੱਕ ਪ੍ਰੋਜੈਕਟ ਦਾ ਕੁਛ ਕੁਛ ਅਪਡੇਟ ਪਾਉਣਾ ਜ਼ਰੂਰੀ ਹੁੰਦਾ ਤਾਂ ਜੋ ਸੰਗਤ ਅਵੇਅਰ ਰਹੇ ਸੋ ਇਕੱਲਾ ਪੰਜਾਬ ਦੇ ਵਿੱਚ ਵੀ ਬਹੁਤ ਕੁਛ ਚੱਲ ਰਿਹਾ ਇੰਡੀਆ ਦੇ ਵਿੱਚ ਵੀ ਹੋਰ ਹੁਣ ਹਿਮਾਚਲ ਪ੍ਰਦੇਸ਼ ਜਿਹੜਾ ਡਿਜ਼ਾਸਟਰ ਹੋਇਆ ਉੱਥੇ ਟੀਮ ਗਈ ਹੋਈ ਹੈ ਕਿਸਾਨੀ ਮੋਰਚੇ 'ਤੇ ਹਜੇ ਵੀ ਟੀਮ ਪਿਛਲੇ 7 ਮਹੀਨੇ ਤੋਂ ਬੈਠੀ ਹੈ 2 ਜਗ੍ਹਾਵਾਂ 'ਤੇ ਟਿੱਕਰੀ ਸਿੰਘੂ ਬਾਰਡਰ ਚੱਲ ਰਿਹਾ ਸਕੂਲ ਚੱਲ ਰਹੇ ਹੈ ਪਰਿਵਾਰ ਚੱਲ ਰਿਹਾ ਰੋਜ਼ ਮੈਡੀਕਲ ਇਲਾਜ ਹੋ ਰਹੇ ਨੇ ਜੰਮੂ ਕਸ਼ਮੀਰ ਹਸਪਤਾਲ ਚੱਲ ਰਿਹਾ ਸਕੂਲ ਚੱਲ ਰਿਹਾ ਜਿੱਥੇ 600-700 ਬੱਚਾ ਰੋਜ਼ ਦਾ ਐਜੂਕੇਸ਼ਨ ਲੈਂਦਾ ਸੋ ਬਹੁਤ ਕਾਰਜ ਨੇ ਅਸੀਂ ਹੁਣ ਹਰ ਇੱਕ ਡਿਟੇਲ ਜਿਹੜੀ ਹੈ ਉਹ ਤੁਸੀਂ ਸਾਡੇ ਨਾਲ ਜਦ ਤੱਕ ਪਰਸਨਲ ਇਨ ਟੱਚ ਨਹੀਂ ਰਹੋਗੇ ਤਾਂ ਤੱਕ ਅਸੀਂ ਜਿਹੜੇ ਉਹ ਸਾਂਝੀ ਨਹੀਂ ਕਰ ਪਾਵਾਂਗੇ ਸੋ ਅਗਰ ਤੁਸੀਂ ਕੋਈ ਪੇਨ ਤੁਹਾਡੇ ਹੈਗੀ ਹੈ ਕੋਈ ਇਮੋਸ਼ਨਸ ਜੁੜੇ ਹੈ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਫ਼ਤਰਾਂ ਦੇ ਵਿਚਕਾਰ ਸਾਡੇ ਵੈਬਸਾਈਟਾਂ ਦੇ ਉੱਤੇ ਨੰਬਰ ਪਏ ਨੇ ਤੁਸੀਂ ਸਾਡੇ ਨਾਲ ਸੰਪਰਕ ਬਣਾ ਸਕਦੇ ਇੱਕ ਮੇਰਾ ਸਵਾਲ ਆ ਜੇ ਤੁਸੀਂ ਪੰਜਾਬ 'ਚ ਨਾਲੇ ਇੰਡੀਆ ਘੁੰਮਦੇ ਰਹਿੰਦੇ ਆ ਇੰਡੀਆ 'ਚ ਮੇਰੇ ਖਿਆਲ ਹਜ਼ਾਰਾਂ ਤੋਂ ਹਜ਼ਾਰ ਗੁਰਦੁਆਰੇ ਸਾਹਿਬ ਆ ਉੱਥੇ ਕਿਸੇ ਨੇ ਸਾਈਨ ਲਾਇਆ ਬਾਹਰ ਪੰਜਾਬ ਤੋਂ ਭਈ ਲੰਗਰ ਕੱਲੇ ਸਿੱਖਾਂ ਲਈ ਆ ਹਾਂ ਨਹੀਂ ਭਾਜੀ ਇਹ ਤਾਂ ਪੂਰੇ ਵਰਲਡ ਵਾਈਡ ਕੋਈ ਵੀ ਗੁਰੂ ਘਰ 'ਚ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਸਾਡਾ ਸਿਧਾਂਤ ਸਾਡੀ ਜਿਹੜੀਆਂ ਟੀਚਿੰਗਸ ਨੇ ਉਹਨਾਂ ਨੇ ਕਦੇ ਸਿਖਾਇਆ ਹੀ ਨਹੀਂ ਇਸ ਚੀਜ਼ ਦੇ ਬਾਰੇ ਅਸੀਂ ਜੱਜ ਵੀ ਕਰ ਸਕੀਏ ਲੰਗਰ ਆਪਣੇ ਬੰਦੇ ਨੂੰ ਕਹਿੰਦੇ ਚੁਭਦਾ ਗਾ ਤੇ ਭਈ ਜੇ ਬਾਹਰ ਜਾ ਕੇ ਰਿਫਿਊਜੀਆਂ ਨੂੰ ਲੋੜਵੰਦਾਂ ਨੂੰ ਲੰਗਰ ਸਿਖਾਤਾ ਨਾਲੇ ਲੰਗਰ ਦੇ ਇੰਨਾ ਮਹਿੰਗਾ ਵੀ ਨਹੀਂ ਪੈਂਦਾ ਹੁਣ ਪੰਜਾਬ ਦੇ ਵਿੱਚ ਤੁਸੀਂ ਪਿਛਲੀ ਵਾਰੀ ਕਿਹਾ ਸੀਗਾ ਕਿਨੇ 3 ਕਰੋੜ ਲਾਏ ਅਸੀਂ ਇਲਾਜ ਤੇ ਜਿਹੜੇ ਗਰੀਬ ਲੋਕਾਂ ਨੇ ਪੰਜਾਬ ਦੇ ਵਿੱਚ ਹਾਂਜੀ ਮੈਂ ਕੁਛ ਕਰੋੜਾਂ 'ਚ ਫਿਗਰ ਸੀ ਜਿਹੜੀ ਮੈਂ ਸ਼ੇਅਰ ਕੀਤੀ ਸੀ ਹੁਣ ਐਗਜੈਕਟ ਫਿਗਰ ਮੈਨੂੰ ਧਿਆਨ 'ਚ ਨਹੀਂ ਪਰ ਕਰੋੜਾਂ ਰੁਪਈਆ ਲੱਗ ਗਿਆ ਹੁਣ ਉਸਦੇ ਵਿੱਚ ਘਰ ਮਤਲਬ ਪੰਜਾਬ ਤੋਂ ਵੀ ਨੇ ਆਲ ਓਵਰ ਇੰਡੀਆ ਤੋਂ ਵੀ ਨੇ ਹੋਰ ਵੀ ਸਟੇਟਸ ਤੋਂ ਬੱਚੇ ਬਜ਼ੁਰਗ ਜਿਹੜੇ ਇਲਾਜ ਲਈ ਅਪਰੋਚ ਕਰਦੇ ਨੇ ਹੁਣ ਉੱਥੇ ਕੰਡੀਸ਼ਨ ਨਹੀਂ ਰੱਖੀ ਜਾ ਸਕਦੀ ਕਿ ਇਸ ਬੰਦੇ ਦਾ ਇਲਾਜ ਕਰਾਉਣਾ ਇਸ ਰੰਗ ਦਾ ਹੋਏਗਾ ਤਾਂ ਇਲਾਜ ਕਰਾਵਾਂਗੇ ਇਸ ਉਮਰ ਦਾ ਹੋਏਗਾ ਤਾਂ ਕਰਾਵਾਂਗੇ ਜਿਹੜਾ ਲੋੜਵੰਦ ਹੈ ਜਿਹਨੂੰ ਲੋੜ ਹੈ ਉਹ ਹਮੇਸ਼ਾ ਕੀ ਕਹਿੰਦੇ ਨੇ ਖਾਲਸਾ ਏਡ ਨੂੰ ਜਦੋਂ ਅਪਰੋਚ ਕਰਦਾ ਅਸੀਂ ਕੋਸ਼ਿਸ਼ ਕਰਦੇ ਕਿ ਕਰੀਏ ਹੁਣ ਰੀਸੈਂਟਲੀ ਕੁਛ ਗ੍ਰੰਥੀ ਸਿੰਘਾਂ ਦੇ ਰਿਕੁਐਸਟਾਂ ਆਈਆਂ ਜਦੋਂ ਕਰੋਨਾ ਹੋਇਆ ਰਾਸ਼ਨ ਦੇ ਲਈ ਰਿਕੁਐਸਟ ਆਈ ਹੁਣ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਦੀਆਂ ਫੋਟੋਆਂ ਪਾ ਪਾ ਕੇ ਘੜੀ ਘੜੀ
ਇਹ ਦੱਸੀਏ ਕਿ ਆਹ ਸਾਡੇ ਗੁਰੂ ਘਰ ਦੇ ਵਜ਼ੀਰ ਨੇ, ਪਰ ਅਸੀਂ ਇਹਨਾਂ ਨੂੰ ਰਾਸ਼ਨ ਦਿੱਤਾ, ਅਸੀਂ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ। ਪਿਛਲੇ ਸੋ ਇਹੋ ਸਾਲ ਜਿਹੇ ਬਹੁਤ 4200 ਗ੍ਰਾਂਥੀ ਪਰਿਵਾਰਾਂ ਨੂੰ ਖਾਲਸਾ ਵੱਲੋਂ ਲੰਗਰ ਦੇ ਪੈਕ ਵਰਤਾਏ ਗਏ, ਰਾਈਟ? ਪਰ ਅਸੀਂ ਕਿਸੇ ਦੀ ਫੋਟੋ ਨਹੀਂ ਲਾਈ ਕਿਉਂਕਿ ਚਾਹੁੰਦੇ ਨਹੀਂ ਸੀਗੇ, ਰਾਈਟ? ਮੈਂ ਉਹੀ ਦੱਸ ਰਿਹਾ ਕਿ ਭਾਈ ਸਾਹਿਬ ਕਿ ਕਈ ਵਾਰ ਸਾਡੇ ਵੀ ਬਹੁਤ ਇਮੋਸ਼ਨ ਜੁੜੇ ਆ, ਸਾਡਾ ਵੀ ਜਿਹੜਾ ਪਿਛੋਕੜ ਹੈ ਉਹ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹਾਂ, ਤੇ ਸਾਨੂੰ ਲੱਗਦਾ ਹੈ ਕਿ ਮਤਲਬ ਇਹੋ ਜਿਹੀਆਂ ਅਸੀਂ ਹੁਣ ਗ੍ਰੰਥੀ ਸਿੰਘਾਂ ਦੇ ਜਿਹੜੇ ਗੁਰੂ ਘਰ ਦੇ ਵਜ਼ੀਰ ਕਹਿੰਦੇ ਆ ਜਿਨ੍ਹਾਂ ਨੂੰ, ਤੇ ਅਸੀਂ ਉਹਨਾਂ ਦੀਆਂ ਫੋਟੋਆਂ ਪਾਈਏ ਕਿ ਅਸੀਂ ਇਹਨਾਂ ਨੂੰ ਰਾਸ਼ਨ ਦੇ ਤਾ, ਅਸੀਂ ਇਹਨਾਂ ਦੀ ਦਵਾਈ ਦਾ ਇਲਾਜ ਕਰਾਤਾ। ਠੀਕ ਹੈ, ਕਈ ਮੈਡੀਕਲ ਕੇਸਿਸ ਸਾਨੂੰ ਸੰਗਤ ਦੀ ਅਵੇਅਰਨੈਸ ਲਈ, ਕਿਉਂਕਿ ਸੰਗਤ ਸਵਾਲ ਕਰਦੀ ਕਿ ਤੁਸੀਂ ਕੁਛ ਕਰ ਰਹੇ ਹੋ ਪ੍ਰੋਜੈਕਟਸ ਤੇ ਜ਼ਰੂਰ ਸ਼ੇਅਰ ਕਰਿਆ ਕਰੋ। ਜਦੋਂ ਅਸੀਂ ਸ਼ੇਅਰ ਕਰਦੇ ਹਾਂ ਉਸ 10 ਪ੍ਰੋਜੈਕਟ ਚੋਂ ਇੱਕ ਪ੍ਰੋਜੈਕਟ ਸ਼ੇਅਰ ਹੁੰਦਾ, ਜਾਂ 10 ਕੇਸ ਦੇ ਮਗਰ ਇੱਕ ਕੇਸ ਹੀ ਅਸੀਂ ਔਨਲਾਈਨ ਐਵਰੇਜ ਅਸੀਂ ਸ਼ੇਅਰ ਕਰ ਪਾਉਂਦੇ ਹਾਂ। ਸੋ ਬਟ ਅਗਰ ਤੁਹਾਨੂੰ ਪੂਰੀ ਫੁੱਲ ਫਲੈਜ ਡਿਟੇਲਸ ਚਾਹੀਦੀਆਂ ਹੁੰਦੀਆਂ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ। ਐਵੇਂ ਕਈ ਵਾਰ ਆਪਾਂ ਗੱਲਾਂ ਚਾ ਕੇ ਜਾਂ ਜੋ ਸੋਸ਼ਲ ਮੀਡੀਆ ਤੇ ਲਿਖ ਕੇ ਉਸਨੂੰ ਸ਼ੇਅਰ ਕਰ ਕਰਕੇ ਉਹ ਇਹੋ ਜਿਹੀ ਚੀਜ਼ ਨਾ ਬਣਾ ਦਈਏ ਕਿ ਐਂ ਲੱਗੇ ਕਿ ਕੋਈ ਕੰਮ ਹੀ ਨਹੀਂ ਹੋ ਰਿਹਾ। ਕੰਮ ਬਹੁਤ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਚੱਲ ਹਾਂਜੀ ਰਹੇ ਨੇ, ਬਹੁਤ ਪਰਿਵਾਰਾਂ ਦੀ ਮਦਦ ਹੋ ਰਹੀ ਹੈ। ਹਾਂਜੀ, ਉਹੀ ਮੈਂ ਕਹਿੰਦਾ ਭਾਈ, ਕਿਉਂਕਿ ਲੰਗਰ ਇੱਕ ਇਨਸਾਨੀਅਤ ਤੌਰ ਤੇ ਪੈਦਾ ਹੋਇਆ। ਲੰਗਰ ਸਾਰੀ ਦੁਨੀਆ ਲਈ ਆ। ਲੰਗਰ ਨੂੰ ਤਾਂ ਅਸੀਂ ਕਹਿੰਦੇ ਲੰਗਰ ਨੂੰ ਭਾਈ ਗੁਰੂ ਕਾ ਲੰਗਰ, ਇਹ ਸਾਡਾ ਲੰਗਰ ਨਹੀਂ ਗਾ ਨਾ ਕਿਸੇ ਹੋਰ ਦਾ, ਇਹ ਗੁਰੂ ਕਾ ਲੰਗਰ ਆ। ਜਿੱਥੇ ਇਨਸਾਨੀਅਤ ਨੂੰ ਲੰਗਰ ਦੀ ਲੋੜ ਆ, ਲੰਗਰ ਉੱਥੇ ਚੱਲੂਗੇ। ਸਾਰੀ ਦੁਨੀਆ ਦੇ ਗੁਰਦੁਆਰੇ ਲੰਗਰ ਚੱਲਦੇ, ਸਾਰੇ ਇੰਡੀਆ ਲੰਗਰ ਚੱਲਦੇ। ਕੋਈ ਕਹਿੰਦੇ ਫੱਟਾ ਨਹੀਂ ਲਾਇਆ ਭਾਈ, ਲੰਗਰ ਬਸ ਸਿੱਖਾਂ ਲਈ ਆ, ਲੰਗਰ ਇਨਸਾਨੀਅਤ ਆ, ਲੰਗਰ ਪਿਆਰ ਆ, ਇਹ ਲੰਗਰ ਚੱਲੀ ਜਾਣੇ ਸਾਰੇ ਪਾਸੇ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਅਮਰਪ੍ਰੀਤ ਸਿੰਘ ਪੰਜਾਬ ਤੋਂ? ਬਿਲਕੁਲ ਜੀ, ਮੇਰਾ ਵੀ ਇਹੀ ਸੁਨੇਹਾ ਹੈ ਕਿ ਕਈ ਵਾਰ ਜਦੋਂ ਅਸੀਂ ਕੋਈ ਵੀ ਕਾਰਜ ਦੇ ਵਿੱਚ ਘਰ ਜਦੋਂ ਵਿਚੋਲੇ ਪਾ ਲੈਂਦੇ ਹਾਂ ਤੇ ਉਹ ਕੋਈ ਵੀ ਗੱਲਬਾਤ ਸਿੱਧੀ ਨਹੀਂ ਹੋ ਪਾਉਂਦੀ। ਕੋਈ ਵੀ ਕੁਐਰੀਜ਼ ਨੇ, ਕਈ ਲੋਕ ਹੁਣ ਜਿਵੇਂ ਅਸੀਂ ਘੜੀ ਘੜੀ ਜਦੋਂ ਕੋਈ ਪ੍ਰੋਜੈਕਟ ਚੱਲਦਾ, ਅਸੀਂ ਹਮੇਸ਼ਾ ਅਪੀਲ ਕਰਦੇ ਹਾਂ ਕਿ ਜੇ ਕਿਸੇ ਨੇ ਦਸਵੰਧ ਦੇਣਾ ਤਾਂ ਉਹ ਸਾਡੇ ਦਫ਼ਤਰ ਦੇ ਵਿੱਚ ਜਾਂ ਸਾਡੇ ਖਾਤੇ ਦੇ ਵਿੱਚ ਦਿਓ ਤੇ ਦੇਣਾ ਤੇ ਰਸੀਦ ਲਓ। ਕਿਉਂ? ਕਿਉਂਕਿ ਕਈ ਵਾਰ ਬਹੁਤ ਤਰ੍ਹਾਂ ਦੇ ਵਿਚੋਲੇ ਵਿੱਚ ਘਰ ਆ ਜਾਂਦੇ ਨੇ। ਸੋ ਇਹ ਇਦਾਂ ਹੀ ਇਕੱਲੇ ਦਸਵੰਧ ਦੇ ਲਈ ਨਹੀਂ, ਇਹ ਜਾਣਕਾਰੀ ਦੇ ਲਈ ਵੀ ਅਸੀਂ ਹਮੇਸ਼ਾ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਕੋਈ ਇਨਫੋਰਮੇਸ਼ਨ ਵੀ ਲੈਣੀ ਹੈ ਉਹ ਵੀ ਤੁਸੀਂ ਸਾਡੇ ਨਾਲ ਡਾਇਰੈਕਟਲੀ ਸਾਡੇ ਆਫਿਸ ਤੋਂ ਸਾਡੇ ਕੰਟੈਕਟ ਨੰਬਰ ਜਿਹੜੇ ਦਿੱਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਈਮੇਲ ਕਰਕੇ ਲਓ। ਤੇ ਕੋਈ ਵੀ ਪ੍ਰੋਜੈਕਟਸ ਤੁਹਾਡੇ ਕੋਲ ਕੋਈ ਆਈਡੀਆਜ਼ ਹੋਣ ਪੰਜਾਬ ਦੇ ਰਿਲੇਟਿਡ, ਹੋਰ ਡਿਵੈਲਪਮੈਂਟ ਪ੍ਰੋਜੈਕਟਸ ਦੇ ਰਿਲੇਟਿਡ, ਕੋਈ ਵੀ ਰਿਫਿਊਜੀਜ਼ ਦੇ ਰਿਲੇਟਿਡ, ਤੁਸੀਂ ਸਾਡੇ ਨਾਲ ਗੱਲਬਾਤ ਕਰੋ। ਤੇ ਜਿਸ ਸਿਧਾਂਤਾਂ ਦੇ ਉੱਤੇ ਖਾਲਸਾ ਏਡ ਕੰਮ ਕਰ ਰਹੀ ਹੈ, ਇਸ ਸਿਧਾਂਤਾਂ ਦੇ ਉੱਤੇ ਤੁਹਾਡੇ ਨਾਲ ਸਹਿਯੋਗ ਦਊਗੀ। ਇਸੇ ਤਰ੍ਹਾਂ ਹੀ ਅਸੀਂ ਇਨਸਾਨੀਅਤ ਦਾ ਜਿਹੜਾ ਸੁਨੇਹਾ ਹੈ ਉਹ ਤੁਹਾਡੇ ਸਹਿਯੋਗ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਵੰਡ ਪਾਵਾਂਗੇ। ਥੈਂਕ ਯੂ ਤੁਹਾਡੇ ਸਮੇਂ ਦਾ। ਫਿਰ ਤੁਹਾਨੂੰ ਫਿਰ ਥੈਂਕ ਯੂ ਭਾਈ ਸਾਹਿਬ, ਅਗਲੇ ਹਫ਼ਤੇ ਕੈਚ ਅਪ ਕਰਦੇ ਹਾਂ ਕਿਉਂਕਿ ਇੱਕ ਦੋ ਨਵੇਂ ਪ੍ਰੋਜੈਕਟ ਲਾਂਚ ਹੋ ਰਹੇ ਆ ਪੰਜਾਬ 'ਚ, ਉਹਦੀ ਵੀ ਗੱਲਬਾਤ ਕਰਾਂਗੇ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।